ਪੰਖ ਬਿਨ ਪੰਖੀ ਗਊ ਦੁੱਧ ਦਿਨ ਜੇ ਗਾਂ ਦੁੱਧ ਨਹੀਂ ਦਿੰਦੀ ਸੇਵਾ ਕੌਣ ਕਰੇਗਾ? ਇਸਦੀ ਸੇਵਾ ਤਾਂ ਹੈ ਦੁੱਧ ਨਾਲ, ਕਿਉਂਕਿ ਖੜ ਖਾਵੇ ਅੰਮ੍ਰਿਤ ਦੇ, ਗਾਹ ਪੱਠਾ ਖਾ ਕੇ ਇਹ ਅੰਮ੍ਰਿਤ ਬਖਸ਼ਦੀ। ਦੁੱਧ ਨੂੰ ਵੀ ਅੰਮ੍ਰਿਤ ਆਖਿਆ, ਅੰਮ੍ਰਿਤ ਕਈ ਪ੍ਰਕਾਰ ਦੇ, ਅਸਲ ਅੰਮ੍ਰਿਤ ਤਾਂ ਹੈ ਪਰਮੇਸ਼ਰ ਦਾ ਨਾਮ। ਅੰਮ੍ਰਿਤ ਜਿਨ੍ਹਾਂ ਚਖਾਏ ਉਹਨੂੰ, ਉਹ ਨਾਮ ਅੰਮ੍ਰਿਤ ਜਿਸਨੇ ਇੱਕ ਵਾਰੀ ਚਖ ਲਿਆ ਫਿਰ ਰਸ ਆਇਆ ਸਹਿਜ ਸੁਭਾਏ। ਇਹ ਫਿਰ ਰਸ ਦਾ ਸਮਝੋ ਇੱਕ ਸੋਮਾ, ਆ ਕਈ ਸੋਮੇ ਪਹਾੜਾਂ ਚ ਪਾਣੀ ਦੇ ਬਸ ਜਾਰੀ ਰਹਿੰਦੇ ਨੇ 12 ਮਹੀਨੇ। ਇਸੇ ਤਰ੍ਹਾਂ ਰਸ ਦਾ ਸੋਮਾ ਉਸਦੇ ਅੰਦਰੋਂ ਇੱਕ ਫੁੱਟਿਆ ਜੋ ਕਦੀ ਬੰਦ ਨਾ ਹੋਇਆ, ਸਹਿਜ ਸੁਭਾਅ ਚੱਲਦਾ ਹੀ ਰਿਹਾ। ਸਹਿਜ ਸੁਭਾਅ ਆਖਦੇ ਨੇ ਸੁਤੇ ਸਿੱਧ ਆਪਣੇ ਆਪ, ਜਿਹਨੂੰ ਚਲਾਉਣਾ ਨਾ ਪਵੇ, ਤਰੱਦਦ ਨਾ ਕਰਨਾ ਪਵੇ, ਕੋਈ ਮਿਹਨਤ ਨਾ ਕਰਨੀ ਪਵੇ। ਅੰਮ੍ਰਿਤ ਜਿਨ੍ਹਾਂ ਚਖਾਏ ਉਹਨ ਇੱਕ ਵਾਰੀ ਜਿਸ ਨੂੰ ਚਖਾ ਦਿੱਤਾ, ਤਾਂ ਬੇਨਤੀ ਕੀਤੀ ਹੈ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ, ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ, ਹਰ ਸੰਤੋ ਚਾਸ ਲਿਖਾ। ਤੇ ਨਾਮ ਸੁਣਿਆ ਬੜਾ ਮਿੱਠਾ ਪਰਮੇਸ਼ਰ ਦਾ। ਇਹ ਸੰਤ ਜਨੋ ਤੁਸੀਂ ਤਾਂ ਰੋਜ਼ ਪੀਂਦੇ ਹੋ, ਜਰਾ ਕੁ ਸਾਨੂੰ ਚਖਾਓ ਤਾਂ, ਕਿਉਂਕਿ ਚਖਿਆ ਪਤਾ ਲੱਗਦਾ। ਜੈਸੇ ਖਾਂਡ ਖਾਂਡ ਕਹੇ ਮੁਖ ਨਾ ਹੀ ਮਿੱਠਾ ਹੋਏ, ਜਬ ਲਗ ਜੀਭ ਸਵਾਦ ਖੰਡ ਨਹੀਂ ਖਾਈਏ। ਖੰਡ ਖੰਡ ਕਹੀ ਜਾਈਏ ਭਾਵੇਂ 100 ਸਾਲ ਬੈਠੇ ਆਖੀ ਜਾਈਏ, ਮੂੰਹ ਮਿੱਠਾ ਤਾਂ ਨਹੀਂ ਨਾ ਹੁੰਦਾ। ਖੰਡ ਦਾ ਗਿਆਨ ਹੋ ਜਾਏ ਵੀ ਚਿੱਟੀ ਹੁੰਦੀ ਹੈ ਦਾਣੇਦਾਰ, ਇਸ ਬਾਹ ਮਿਲਦੀ ਹੈ ਫਲਾਣੀ ਹੱਟੀ ਤੋਂ, ਅਜੇ ਵੀ ਮੂੰਹ ਮਿੱਠਾ ਨਹੀਂ ਹੋਇਆ। ਮੂੰਹ ਤਾਂ ਮਿੱਠਾ ਤਾਂ ਹੋਇਆ ਜਿਸ ਵੇਲੇ ਇੱਕ ਚੁਟਕੀ ਭਰ ਕੇ ਜੀਭ ਤੇ ਰੱਖੀ। ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ, ਹਰ ਸੰਤੋ ਚਾਸ ਦਿਖਾਓ। ਤੇ ਫਿਰ ਜਿਸ ਨੂੰ ਇੱਕ ਵਾਰੀ ਚਖਾ ਦਿੱਤਾ ਤਾਂ ਗੁਰਮਤ ਹਰ ਰਸ ਮਿੱਠਾ ਲਾਗਾ, ਤਿੰਨ ਬਿਸਰੇ ਸਭ ਬਿਖ ਰਸੋ। ਬਾਕੀ ਜਿਤਨੇ ਸੰਸਾਰ ਦੇ ਰਸ ਹਨ ਉਹ ਸਭ ਜ਼ਹਿਰੀਲੇ ਹੋ, ਸਭ ਬਿਖ ਰਸ ਬਣ ਗਏ। ਕਿਉਂਕਿ ਨਾਮ ਰਸ ਜਿਸਨੇ ਚਖ ਲਿਆ ਉਹਨੂੰ ਕੋਈ ਰਸ ਮਿੱਠਾ ਨਾ ਲੱਗਾ। ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠਾ, ਆਨ ਸਵਾਦ ਸਭ ਫੀਕਿਆ ਕਰ ਨਿਰਣਾ ਬੀਠਾ। ਨਿਰਣਾ ਕਰਕੇ ਦੇਖ ਲਿਆ ਵੀ ਸਭ ਸਵਾਦ ਫਿੱਕੇ ਹਨ, ਇੱਕ ਪਰਮੇਸ਼ਰ ਦਾ ਨਾਮ ਮਿੱਠਾ। ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ, ਸੱਚੇ ਦਾ ਨਾਮ ਹੈ ਮਿੱਠਾ। ਤੋ ਅੰਮ੍ਰਿਤ ਹਨ ਕਈ ਤਰ੍ਹਾਂ ਦੇ, ਅਸਲ ਅੰਮ੍ਰਿਤ ਤਾਂ ਹੈ ਪਰਮੇਸ਼ਰ ਦਾ ਨਾਮ, ਪਰ ਦੁੱਧ ਨੂੰ ਵੀ ਅੰਮ੍ਰਿਤ ਆਖਿਆ। ਇਹ ਅੰਮ੍ਰਿਤ ਦਿੱਤਾ ਗਊ ਨੇ, ਕੀ ਖਾਧਾ ਗਾ ਪੱਠਾ, ਇਹਨੂੰ ਵੀ ਸ਼ਾਬਾਸ਼ ਦਿੱਤੀ ਹੈ ਕਿ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ,
ਨਾਮ ਵਿਹੂਣੇ ਆਦਮੀ ਭਿਗ ਜੀਵਨ ਕਰਮ। ਪਸ਼ੂ ਚੰਗੇ ਬਿਨਾਂ ਗਾਹ ਪੱਠਾ ਖਾ ਕੇ ਦੁੱਧ ਦਿੱਤਾ, ਨਾਮ ਤੋਂ ਵਿਹੂਣੇ ਬੰਦਿਆਂ ਨੂੰ ਤਾਂ ਧ੍ਰਿਕਾਰ ਹੈ ਜਿਨ੍ਹਾਂ ਨੇ ਨਹੀਂ ਜਪਿਆ ਸ੍ਰੀ ਵਾਹਿਗੁਰੂ। ਮਿਸਾਲ ਦੇ ਕੇ ਗਊ ਦੀ ਆਖਦੇ ਨੇ, ਜੇ ਦੁੱਧ ਨਾ ਦੇਵੇ ਗਊ, ਅੰਮ੍ਰਿਤ ਨਾ ਬਖਸ਼ੇ, ਤਾਂ ਫਿਰ ਬਈ ਇਸਦੀ ਉਤਨੀ ਸੇਵਾ ਕੋਈ ਕਰੇਗਾ? ਕੋਈ ਸ਼ੌਕ ਨਾਲ ਖਰੀਦੇਗਾ ਵੀ ਮੈਂ ਤਾਂ ਆਹ ਗਊ ਲੈਣੀ ਹੈ ਜਿਹੜੀ ਦੁੱਧ ਨਹੀਂ ਦਿੰਦੀ? ਜਦ ਵੀ ਕੋਈ ਲੈਂਦਾ ਡੰਗਰ ਤਾਂ ਦੁੱਧ ਵਾਸਤੇ ਲੈਂਦਾ। ਸਾਹਿਬ ਆਖਦੇ ਨੇ, ਦੁੱਧ ਬਿਨ ਦੇਨ ਕਿਸ ਕੰਮ ਤੇ ਪੰਖ ਬਿਨ ਪੰਖੀ। ਇਸ ਪੰਖੀ ਵਿਚਾਰੇ ਦੇ ਪੰਖ ਕੋਈ ਨਹੀਂ, ਕਿਤਨਾ ਬੇਬਸ, ਕਿਤਨਾ ਮਜਬੂਰ ਹੈ, ਕਿਤਨਾ ਹੀ ਉਹ ਮਜਬੂਰ ਹੈ ਜਿਵੇਂ ਕਿਸੇ ਬੰਦੇ ਦੀ ਨਾ ਸੰਤਾਨ ਹੋਵੇ ਨਾ ਉਹਦੇ ਕੋਲ ਧਨ ਹੋਵੇ। ਇਹ ਵੀ ਖੰਭ ਹਨ ਗ੍ਰਸਤੀ ਦੇ, ਉੱਡਿਆ ਹਿਰਦੈ ਦੇ ਨਾਲ। ਪੁੱਤਰ ਖੜੋਤੇ ਹੁਣ ਨੌਜਵਾਨ ਪੰਜ ਚਾਰ, ਹੋਮਣ ਆਗਿਆਕਾਰ ਤਾਂ ਦੇਖ ਕੇ ਪੈਰ ਫੋਏ ਤੇ ਨਹੀਂ ਲੱਗਦੇ। ਕੋਈ ਜਮਿਆ ਮੈਨੂੰ ਕੁਝ ਆਖਣ ਵਾਲਾ? ਕਿਉਂਕਿ ਬਾਹਾਂ ਦਾ ਬਲ ਹੈ ਤੇ ਨਾਲ ਮਿਲ ਜਾਏ ਧਨ ਦਾ ਬਲ ਵੀ, ਤੋ ਇਹ ਸੰਸਾਰਕ ਬਲ ਹੈ। ਇਸੇ ਤਰ੍ਹਾਂ ਪੰਖੀ ਦੇ ਕੋਲ ਵੀ ਖੰਭਾਂ ਦਾ ਬਲ ਹੈ, ਬਸ ਜਿੱਥੇ ਜਰਾ ਖਤਰਾ ਦੇਖਿਆ ਲਾਈ ਉਡਾਰੀ ਉੱਤਾਂ ਉੱਡ ਗਿਆ, ਕੋਈ ਕਿਆ ਵਿਗਾੜ ਸਕਦਾ? ਪਰ ਜੇ ਬੇਚਾਰਾ ਬੇਬਸ ਹੋਵੇ, ਉੱਡ ਨਾ ਸਕੇ, ਖੰਭ ਨਾ ਹੋਵਣ, ਤਾਂ ਕਿ ਦੁੱਧ ਬਿਨ ਧੇਨ, ਪੰਖ ਬਿਨ ਪੰਖੀ ਤੇ ਜਲ ਬਿਨ ਉਤ ਬੁਝ ਕਾਮ ਨਹੀਂ। ਜਿਵੇਂ ਪਾਣੀ ਤੋਂ ਬਿਨਾਂ ਖੇਤੀ, ਖੇਤੀ ਨਹੀਂ ਹੁੰਦੀ ਪਾਣੀ ਤੋਂ। ਆ ਕੁਝ ਸਾਲ ਮੀਂਹ ਨਹੀਂ ਪਿਆ, ਕਿਵੇਂ ਹਾਹਾਕਾਰ ਮਚ ਗਈ, ਦਬਾਦਬ ਲੋਕਾਂ ਨੇ ਜ਼ਮੀਨਾਂ ਵਿੱਚ ਟਿਊਬਵੈੱਲ ਲਗਾਏ, ਪਾਣੀ ਦੀ ਲਹਿਰ ਬਹਿਰ ਕੀਤੀ। ਇਸ ਸਾਲ ਕਿਤਨਾ ਅਨਾਜ ਹੋ ਗਿਆ, ਕਿ ਜੇ ਪਾਣੀ ਨਾ ਹੁੰਦਾ ਲੋਕ ਆਲਸੀ ਰਹਿੰਦੇ ਤਾਂ ਫਿਰ ਖੇਤੀਆਂ ਕਿਵੇਂ ਬਣਦੀਆਂ? ਤਾਂ ਜਿਵੇਂ ਦੁੱਧ ਤੋਂ ਬਿਨਾਂ ਗਊ, ਖੰਭ ਤੋਂ ਬਿਨਾਂ ਪੰਖੀ, ਪਾਣੀ ਤੋਂ ਬਿਨਾਂ ਖੇਤੀ, ਇਹ ਚੌਥੀ ਮਿਸਾਲ ਦਿੱਤੀ ਹੈ। ਜਿਉਂ ਸੁਲਤਾਨ, ਕਿਆ ਸੁਲਤਾਨ, ਸਲਾਮ ਵੀ ਹੋਇਆ ਕਿ ਹੈ ਬਾਦਸ਼ਾਹ ਪਰ ਰੋਗ ਕੋਈ ਨਹੀਂ, ਜਿੱਥੋਂ ਦੀ ਪਿਆ ਲੰਘੇ ਬੇਸ਼ੱਕ ਕੋਈ ਸਲਾਮ ਨਹੀਂ ਕਰਦਾ। ਬਾਦਸ਼ਾਹ ਨੂੰ ਸਲਾਮ ਹੋਣੀ ਇਹ ਵੀ ਬੜੀ ਜ਼ਰੂਰੀ ਹੈ। ਜੇ ਸਲਾਹ ਨਾ ਕੀਤੀ ਕਿਸੇ, ਕੋਈ ਹੁਕਮ ਕਿਵੇਂ ਮੰਨੇਗਾ? ਤੇ ਜਿਸ ਬਾਦਸ਼ਾਹ ਦਾ ਹੁਕਮ ਨਹੀਂ ਚੱਲਦਾ ਉਹ ਬਾਦਸ਼ਾਹ ਕਾਹਦਾ? ਉਹ ਤਾਂ ਤਾਸ਼ ਦਾ ਪੱਤਾ ਹੈ। ਅਜੇ ਤਾਸ਼ ਦੇ ਪੱਤੇ ਦਾ ਵੀ ਹੁਕਮ ਚੱਲਦਾ ਬੇਦੀ ਤੱਕ, ਪਰ ਇਸ ਬਾਦਸ਼ਾਹ ਦਾ ਤੇ ਉਤਨਾ ਹੀ ਨਾਮ ਨਹੀਂ ਚੱਲਦਾ। ਇਸ ਵਾਸਤੇ ਕਿਆ ਸੁਲਤਾਨ, ਸਲਾਮ ਵੀ ਹੋਣਾ? ਤੇ ਫਿਰ ਇਹ ਮਿਸਾਲਾਂ ਦੇ ਕੇ ਆਖਿਆ, ਅੰਧੀ ਕੋਠੀ ਤੇਰਾ ਨਾਮ ਨਹੀਂ, ਉਹ ਤਾਂ ਅੰਨੀ ਕੋਠੀ ਹੈ। ਆ ਹਿਰਦਾ ਮਨੁੱਖ ਦਾ ਇਹ ਅੰਨੀ ਕੋਠੀ ਹੈ। ਦੇ ਅੰਧਾਰੀ ਅੰਧ ਸੁਣੀ ਨਾਮ ਵੀ ਹੋਣੀਆਂ, ਨਾਨਕ ਸਫਲ ਜਨਮ ਜੇ ਗਟ ਬੁੱਠਾ ਸੱਚ ਦੀ। ਨਾਮ ਦੀ ਵਡਿਆਈ ਕਰਦੇ ਹਾਂ ਸਾਹਿਬ ਆਖਦੇ ਨੇ, ਦੁੱਧ ਬਿਨ ਦੇਨ, ਦੁੱਧ ਬਿਨ ਕਾਮ ਨਹੀਂ, ਦੁੱਧ
ਗਿਆ ਮੇਰਾ ਵਾਲ ਵਾਲ ਦੁਖੀ ਹੋ ਜਾ ਕੀ ਵਿਸਰੇ ਦੁੱਖ ਬਹੁਤਾ ਲਾਗੇ ਦੁੱਖ ਲਾਗੇ ਤੂੰ ਵਿਸਰ ਨਹੀਂ ਬੜਾ ਦੁੱਖ ਲੱਗੇਗਾ ਜੇ ਤੂੰ ਵਿਸਰ ਜਾਏਗਾ ਇਸ ਵਾਸਤੇ ਜੀ ਮੈਨੂੰ ਨਾ ਵਿਸਰੋ ਸਾਈ ਮੈਨੂੰ ਨਾ ਵਿਸਰੋ ਮੈਨੂੰ ਤੁਸੀਂ ਵਿਸਰੋ ਨਾ ਮੈਂ ਤੁਹਾਨੂੰ ਚੇਤੇ ਰੱਖਾਂ ਭੁੱਲ ਜਾਵਾਂ ਚੇਤਾ ਕਰਾ ਦਿਓ ਚੇਤਾ ਕਰਾ ਦਿਓ ਚੇਤਾ ਕਰਾਇਆ ਨਾ ਆਣ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਭੁੱਲ ਗਈ ਸੀ ਤਾਂ ਹੀ ਆਖਿਆ ਸੀ ਚੱਲ ਵਰਦਾਨਿਆ ਕਿਤੇ ਕੋਈ ਜਗਦਾ ਦੀਵਾ ਦੇਖੀਏ ਪਰ ਜਿੱਥੇ ਗਏ ਦੀਵੇ ਬੁੱਝੇ ਪਏ ਸਿਰਫ ਬੁੱਝ ਹੀ ਨਾ ਗਏ ਬਲਕਿ ਵੱਟਾਂ ਵੀ ਕਾਵਾਂ ਨੇ ਚੁੱਕ ਲਈਆਂ ਦੀਵੇ ਟੁੱਟ ਫੁੱਟ ਗਏ ਤੇਲ ਤਾਂ ਰਿਹਾ ਹੀ ਵਿੱਚ ਕੋਈ ਨਾ ਨਵੇਂ ਸਿਰਿਓਂ ਫਿਰ ਦੀਵੇ ਬਣਾਏ
ਤੇਲ ਬੱਤੀ ਪਾ ਕੇ ਮੁੜ ਜਗਾਏ ਤੇ ਫਿਰ ਰੋਸ਼ਨੀ ਬਖਸ਼ੀ, ਚਾਨਣ ਦਿੱਤਾ ਕਾਲਾ ਚਾਨਣ, ਜਪਣ ਜਪਣ ਬਿਨਾਂ ਕੋਈ ਚਾਨਣ ਨਹੀਂ, ਜੇ ਕੋਈ ਗਿਆਨ ਨਹੀਂ। ਮਤ ਕਿਸੇ ਗੜੇ ਗਿਆਨ ਤੇ ਭੁੱਲ ਜਾਓ ਵੀ ਗਿਆਨ ਮਿਲ ਗਿਆ, ਹੁਣ ਸਾਨੂੰ ਜਪਣ ਦੀ ਕੀ ਲੋੜ ਹੈ, ਇਹ ਤਾਂ ਜਪਣਾ ਹੀ ਪਊ। ਭਾਈ ਸਾਹਿਬ ਨੰਦ ਲਾਲ ਆਖਦੇ ਨੇ, ਕਰ ਤੂੰ ਯਾਦ ਉਸੇ ਨੂੰ ਗੋਇਆ, ਕਰ ਤੂੰ ਯਾਦ ਉਸੇ ਨੂੰ ਗੋਇਆ, ਕਰ ਤੂੰ ਯਾਦ ਉਸੇ ਨੂੰ ਗੋਇਆ, ਉਹ ਦਿਲ ਕਾਲ ਪਿਆਰਾ। ਭਵਜਲ ਆਖਿਆ, ਇਹ ਭਵਜਲ ਜਗਤ ਸੰਸਾਰ, ਇਹ ਭਵਜਲ ਜਗਤ ਸੰਸਾਰ ਹੈ। ਗੁਰ ਬੋਹਿਤ ਨਾਮ ਤਰਾਏ, ਗੁਰੂ ਜਹਾਜ ਹੈ, ਪਰ ਇਸ ਨਾਮ ਦਾ ਟਿਕਟ ਲੈ ਕੇ ਕੋਈ ਇਸ ਜਹਾਜ ਤੇ ਚੜ ਸਕਦਾ, ਬੇਟਿਕਟਾ ਨਹੀਂ ਬਹਿ ਸਕਦਾ। ਤਾਂ ਬਾਬਾ ਜੀ ਆਂਦੇ ਸਨ, ਨਾਮ ਭਾਈ ਟਿਕਟ ਹੈ ਦਰਗਾਹ ਦਾ, ਟਿਕਟ ਤਕੜਾ ਰੱਖੋ, ਦੇਖੋ ਕਿਤੇ ਮਤ ਟਿਕਟ ਹੱਥੋਂ ਜਾਂਦਾ ਰਹੇ। ਕੀਮਤੀ ਸ਼ਾਇਦ ਕੋਲ ਹੋਵੇ ਤਾਂ ਬੰਦੇ ਦਾ ਜੱਟ ਬਾਅਦ ਹੱਥ ਮੁੜ ਉੱਥੇ ਹੀ ਜਾਂਦਾ, ਬਈ ਹੈ ਨਾ। ਇਸੇ ਤਰ੍ਹਾਂ ਨਾਮ ਵੱਡੀ ਕੀਮਤੀ ਦਾਤ ਹੈ, ਜੱਟ ਬਾਅਦ ਇਸਨੂੰ ਸੰਭਾਲ ਲਓ, ਬਈ ਹੈ ਨਾ। ਕੌਣ ਸੰਭਾਲੇ, ਰਸਨਾ ਸੰਭਾਲੇ, ਸਾਹ ਸਾਹ ਅਵਲ ਤਾਂ ਸਵਾਸ ਸਵਾਸ ਸੰਭਾਲੇ। ਬੁਰ ਗਲਤੀ ਹੋ ਵੀ ਜਾਏ ਤਾਂ ਫਿਰ ਜੱਟ ਬਾਤ ਤਾਂ ਚੇਤੇ ਆ ਜਾਵੇ, ਇਹ ਦਰਗਾਹ ਦਾ ਹੈ ਟਿਕਟ। ਬੇ ਟਿਕਟਿਆਂ ਨੂੰ ਉੱਥੇ ਕਿਸੇ ਜਾਣ ਨਹੀਂ ਦੇਣਾ, ਬਈ ਟਿਕਟ ਵਾਲੇ ਜਾਣੀ। ਬਾਬਾ ਜੀ ਆਂਦੇ ਸਨ, ਟਿਕਟ ਤਕੜਾ ਕਰੋ, ਟਿਕਟ ਟਿਕਟ ਹੈ ਪੱਲੇ। ਆਪਣੀ ਮਾਤਾ ਨੂੰ ਲੈ ਕੇ ਦਲੀਪ ਸਿੰਘ ਜੀ ਗਏ ਬਾਬਾ ਜੀ ਦੇ ਪਾਸ, ਜਿਸ ਵੇਲੇ ਮੱਥਾ ਟੇਕਿਆ, ਮਾਈ ਕੀ ਆਖਣੀ ਹੈ, ਰੋ ਕੇ ਆਖਣ ਲੱਗੀ, ਮੇਰਾ ਲੇਖਾ ਨਾ ਵਿਚਾਰੋ। ਆਖਣ ਲੱਗੇ ਦਲੀਪ ਸਿੰਘ, ਮਾਤਾ ਨੂੰ ਟਿਕਟ ਲੈ ਦੇ, ਟਿਕਟ ਲੈ ਦੇ, ਇਸ ਉਮਰ ਇਹਦੇ ਕੋਲੋਂ ਜਪਿਆ ਨਹੀਂ ਜਾਂਦਾ, ਇਹਨੂੰ ਟਿਕਟ ਲੈ ਦੇ। ਜੀ ਮੈਨੂੰ ਸਮਝ ਨਹੀਂ ਆਈ, ਆਖਣ ਲੱਗੇ ਮਾਈ ਦੇ ਅਖੰਡ ਪਾਠ ਕਰਾ ਲੈ, ਟਿਕਟ ਜ਼ਰੂਰ ਕੋਲ ਹੋਵੇ। ਉਹ ਬੱਚਾ ਕਿਤਨਾ ਸੁਭਗ ਹੈ ਜੋ ਆਪਣੇ ਮਾਤਾ ਪਿਤਾ ਦਾ ਇਤਨਾ ਧਿਆਨ ਰੱਖੇ। ਜੇ ਇੱਥੇ ਪਰਵਰਿਸ਼ ਮਾਤਾ ਪਿਤਾ ਨੇ ਮੇਰੀ ਕੀਤੀ ਹੈ ਬਚਪਨ ਵਿੱਚ, ਤਾਂ ਬੁਢਾਪੇ ਵਿੱਚ ਵੀ ਸੰਭਾਲਣਾ, ਔਰ ਅਗਾਂ ਦਾ ਟਿਕਟ ਵੀ। ਮੈਨੂੰ ਬਾਬਾ ਜੀ ਨੇ ਆਖਿਆ, ਬਈ ਆਪਣੇ ਆਪਣੇ ਬਾਪੂ ਨੂੰ ਸਿਵਿਆਂ ਤੱਕ ਤੂੰ ਪਹੁੰਚਾ ਦੇਈ ਰਾਜੀ ਰਾਜੀ। ਸਿਵੇ ਮਸਾਣਾ ਨੂੰ ਆਖਦੇ, ਪਾਇਆ ਜੀ ਦੀ ਬਾਬਤ ਕਹਿਣ ਲੱਗੇ, ਇੱਕ ਦਿਨ ਰੋ ਪਏ ਨਾ, ਕਹਿਣ ਲੱਗੇ ਬਈ ਸਿਵਿਆਂ ਤੱਕ ਰਾਜੀ ਰਾਜੀ ਤੂੰ ਪਹੁੰਚਾ ਦੇਵੀ, ਪੁੱਤਰ ਦਾ ਬਸ ਇਤਨਾ ਹੀ ਫਰਜ਼ ਹੈ।
ਕਿਉਂਕਿ ਭਾਈਆ ਜੀ ਹਮੇਸ਼ਾ ਠੰਡਾ ਸਾਹ ਲੈ ਕੇ ਆਖਦੇ ਸਨ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੈ, ਕੀ ਪਤਾ ਕਿਸ ਤਰ੍ਹਾਂ ਮਰਾਂਗੇ ਔਰ ਕਿਹੋ ਜਿਹਾ ਮਰਨਾ ਹੋਸੀ। ਮਹੀਨਿਆਂ ਵੱਧੀ ਕਈ ਮੰਜੀ ਤੇ ਪਏ, ਜ਼ਿੰਦਗੀ ਮੌਤ ਦੇ ਵਿੱਚ ਪਏ ਲਟਕਦੇ ਹਨ, ਨਾ ਜਿਉਂਦੇ ਹਨ ਨਾ ਮਰਦੇ। ਜਿਸ ਵੇਲੇ ਬੰਦਾ ਕਿਸੇ ਦੇ ਜੀਵਨ ਦੀ ਆਸ ਲਾ ਛੱਡੇ, ਫਿਰ ਉਸਦੀਆਂ ਜ਼ਰੂਰਤਾਂ ਵੱਲੋਂ ਵੀ ਉਹ ਅੱਖਾਂ ਮੀਟ ਲੈ। ਚਲੋ ਦਵਾਈ ਨਹੀਂ ਦਿੱਤੀ ਗਈ ਤਾਂ ਨਹੀਂ ਦਿੱਤੀ ਗਈ, ਕਿਉਂਕਿ ਬਾਕੀ ਸਾਰੇ ਹੁਣ ਉਸਦੇ ਮਰਨ ਨੂੰ ਹੀ ਪਏ ਉਡੀਕਦੇ ਹਨ, ਜੇ ਮਰ ਵਿਚਾਰਾ ਉਹ ਸਕਦਾ ਨਹੀਂ। ਇਸ ਵਾਸਤੇ ਕਿਆ ਜਾਣਨਾ ਕਿਵ ਮਰੇਂਗੇ, ਕੈਸਾ ਮਰਨਾ ਹੋਏ। ਤੇ ਮੈਂ ਇੱਕ ਦਿਨ ਆਖਿਆ, ਅਗਲੀ ਪੰਕਤੀ ਵੀ ਸੋਚਿਆ ਕਰੋ, ਪੜ੍ਹਿਆ ਕਰੋ, ਧਿਆਨ ਵਿੱਚ ਲਿਆਇਆ ਕਰੋ ਉਸ ਪੰਕਤੀ ਨੂੰ ਵੀ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ, ਜੇ ਸਾਈਂ ਚਿਤ ਰਵੇ ਨਾਮ ਜਪੀਂਦਾ ਰਹੇ ਰਸਨਾ ਸਿਮਰਦੀ ਰਹੇ ਤਾਂ ਮਰਨ ਦਾ ਕੋਈ ਗਮ ਨਹੀਂ, ਕੋਈ ਚਿੰਤਾ ਨਹੀਂ। ਉਹਨਾਂ ਦਾ ਮਰਨਾ ਕਿਆ, ਕੌਣ ਕਹਿਤਾ ਹੈ ਕਿ ਆਸ਼ਿਕ ਮਰ ਗਏ, ਕੈਦ ਸੇ ਛੂਟੇ ਵੋ ਆਪਣੇ ਘਰ ਗਏ, ਕਿਉਂਕਿ ਆਪਣੇ ਘਰ ਦੀ ਚਾਬੀ ਆਪਣੇ ਕੋਲ ਹੈ ਨਾ ਬਈ, ਇਹ ਟਿਕਟ ਦਰਗਾਹ ਦਾ ਇਹ ਚਾਬੀ ਹੈ ਦਰਗਾਹ ਦੀ, ਜਿਸ ਵੇਲੇ ਕੋਈ ਜਾਵੇ ਜੇ ਬੂਹਾ ਖੁੱਲਾ ਨਾ ਮਿਲੇ ਤਾਂ ਬਿਸ਼ੱਕ ਖੋਲ ਲਓ। ਔਰ ਉਸ ਚਾਬੀ ਵਾਲੇ ਨੂੰ ਇਹ ਅਧਿਕਾਰ ਵੀ ਹੈ ਕਿ ਬੂਹਾ ਖੋਲ ਕੇ ਜਿਤਨੇ ਮਰਜ਼ੀ ਨਾਲ ਲੈ ਜਾਵੇ। ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਬਾਬਾ ਜੀ ਨੇ ਆਖਿਆ, ਬਈ ਬਾਪੂ ਨੂੰ ਸਵਿਆਂ ਤੱਕ ਰਾਜੀ ਰਾਜੀ ਤੂੰ ਪਹੁੰਚਾ ਦੇਈ, ਅੱਗੋਂ ਸਾਡਾ ਜਨੂ ਅੱਗੋਂ ਅਸੀਂ ਸੰਭਾਲ ਲਾਂਗੇ, ਕਿਉਂਕਿ ਨਿਤਨੇਮ ਬੜਾ ਸੀ ਉਹਨਾਂ। ਜਿਸ ਵੇਲੇ ਦੇਖੋ ਪਾਠ ਕਰ ਹੀ ਰਹੇ ਹਨ, ਪੰਜ ਪਾਠ ਸੁਖਮਨੀ ਦੇ ਹੋ ਜਾਣ, ਸੱਤ ਹੋ ਜਾਣ, ਜਿਤਨੇ ਹੋ ਜਾਣ, ਯਾਰੀ ਬਸ ਨਹੀਂ ਹੋਈ, ਬਸ ਆਵਾਜ਼ ਨੂੰ ਆਉਂਦੀ ਰਹੀ ਹੈ। ਮਰਨ ਵੇਲੇ ਵੀ ਅੰਤਕਾਰ ਰਸਨਾ ਹਿਲਦੀ ਰਹੀ ਹੈ, ਆਵਾਜ਼ ਆਉਂਦੀ ਰਹੀ ਹੈ। ਕੰਨ ਲਾ ਕੇ ਸਾਰੇ ਬੈਠੇ ਸੁਣਦੇ ਸਨ, ਜਪ ਜੀ ਦਾ ਪਾਠ ਹੋ ਰਿਹਾ, ਅਸੰਖ ਜਪ ਅਸੰਖ ਭਾਵ। ਮੁੜ ਜੋ ਕੰਨ ਲਾਇਆ ਤਾਂ ਆਵਾਜ਼ ਆਈ ਪਹਿਲੀ ਪਾਈ, ਨਾਨੀ ਖੁਸ਼ੀ ਵੀ ਸੱਚ। ਜੱਟ ਬਾਪ ਜੇ ਫਿਰ ਦੇਖਿਆ ਤਾਂ ਦਰਗਾਹ ਨੂੰ ਜਾ ਚੁੱਕੇ ਸੀ। ਜੇਕਰ ਸਾਹਿਬ ਮਨੋ ਨ ਵਿਸਰੈ ਸਹਿਲਾ ਮਰਨਾ, ਤਾਂ ਸੰਸਾਰ ਹੈ ਪੌਜਲ, ਇਸ ਪੌਜਲ ਚੋਂ ਪਵਜਲ ਬਿਨ ਸਬਦੇ ਕਿਉਂ ਕਰੀਏ। ਇੱਕ ਤਾਂ ਜਪਣਾ ਤੇ ਦੂਜਾ ਨਾਨਕ ਬਉਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ, ਜੋ ਕੀਰਤਨ ਵਿੱਚ ਬੈਠਦਾ ਮਨ ਜੋੜਦਾ ਗਾਉਂਦਾ ਹੈ ਜਾਂ ਸੁਣਦਾ ਹੈ, ਇਸ ਬਉਜਲ ਤੋਂ ਉਹ ਪਾਰ ਪਰੇ, ਇਸ ਬਉਜਲ ਵਿੱਚ ਨਹੀਂ ਭਟਕੇਗਾ, ਬਾਕੀ ਦੁਨੀਆਂ ਜ਼ਰੂਰ ਭਟਕੇਗੀ। ਇਸ ਵਾਸਤੇ ਬੇਨਤੀ ਕੀਤੀ ਹੈ, ਦਾਤਾ ਮੈਨੂੰ ਵਿਸਰੋ ਨਹੀਂ, ਕੀਰਤਨ ਨਾਮ ਸਿਮਰਤ ਰਹੂੰ, ਜਬ ਲਗ ਘਟ ਸਾਥ, ਜਿੰਨਾ ਚਿਰ ਮੇਰੀ ਦੇਹੀ ਵਿੱਚ ਸਵਾਸ ਚੱਲਦੇ ਹਨ ਮੇਰੀ ਰਸਨਾ ਕੀਰਤਨ ਕਰਦੀ ਰਹੇ ਤੇ ਸਿਮਰਨ ਕਰਦੀ ਰਹੇ। ਇਹ ਸਿਮਰਨ ਤੇ ਕੀਰਤਨ ਤਾਂ ਮੇਰੀ ਚੌਲੀ ਵਿੱਚ ਦਾਨ ਪਾ ਦਿਓ, ਵਿਖਿਆ ਪਾ ਦਿਓ, ਖਰੈਤ ਪਾ ਦਿਓ। ਜਦ ਸੋਝੀ ਪਈ ਫਰੀਦ ਨੂੰ, ਮਾਂ ਨੇ ਅੱਖਾਂ ਖੋਲੀਆਂ ਤਾਂ ਫਰੀਦ ਨੇ ਚੌਲੀ ਅੜ ਕੇ ਦਾਨ ਮੰਗੀ, ਉਹ ਰੱਬਾ ਮੈਂ ਗੁੜ ਨਹੀਂ ਮੰਗਦਾ ਹੁਣ,
ਤੂੰ ਗੁੜ ਦਿੱਤਾ, ਮੈਂ ਗੁੜ ਦੇ ਲਾਲਚ ਤੇਰੇ ਰਾਹ ਤੁਰਿਆ, ਪਰ ਹੁਣ ਮੈਨੂੰ ਸੋਝੀ ਪੈ ਗਈ ਹੈ, ਹੁਣ ਗੁੜ ਵੀ ਸ਼ੱਕ ਨਾ ਦੇ। ਕੀ ਦੇ ਸ਼ੇਖ ਫਰੀਦਾ ਖੈਰ ਦੀਜੇ ਬੰਦਗੀ, ਹੁਣ ਜੇ ਗੁੜ ਦੇਣੀ ਤਾਂ ਬੰਦਗੀ ਦਾ ਗੁੜ ਦੇ, ਜੋ ਸਭ ਤੋਂ ਮਿੱਠਾ, ਜਿਹੜਾ ਮਿੱਠਾ ਵਿਕਾਰ ਨਹੀਂ ਕਰਦਾ। ਬਾਕੀ ਜਿਤਨੇ ਮਿੱਠੇ ਹਨ ਸੰਸਾਰ ਦੇ, ਜੇ ਕੋਈ ਵਧੀਕ ਖਾਏਗਾ, ਪਰ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਰ। ਆ ਥੋੜੇ ਫਿਣਸੀਆਂ ਬਈ ਮਿੱਠਾ ਨਾ ਖਾਇਆ ਕਰ, ਆ ਦੇਖ ਲੈ ਹਰ ਤਨ ਤੇ ਮਿੱਠਾ ਖਾਣ ਵਾਲੇ ਨੂੰ। ਇਹ ਵੀ ਘੋੜ ਦੀ ਨਿਸ਼ਾਨੀ ਹੈ ਵੀ ਕੋਈ ਨਾ ਕੋਈ ਘੋੜਾ ਬਣਿਆ ਰਹੇ। ਸੋ ਮਿੱਠੇ ਨੇ ਕਿਆ ਦਿੱਤਾ, ਕੌੜੀ ਕਰ ਦਿੱਤਾ। ਪਰ ਜੇ ਨਾਮ ਪਰਮੇਸ਼ਵਰ ਦਾ ਮਿੱਠਾ, ਅਤ ਮਿੱਠਾ ਕੋਈ ਖਾਂਦਾ, ਇਹ ਵਿਕਾਰ ਨਾ ਕਰਦਾ। ਇਹ ਤਾਂ ਉਹ ਰਸ ਸੀ ਜਿਸ ਰਸ ਨਾਲ ਇਹ ਆਪ ਵੀ ਦਰਗਾਹ ਨੂੰ ਜਾਂਦਾ ਤੇ ਜਪ ਗੋਬਿੰਦ ਸੰਗੀ ਸਭ ਤਾਰੇ। ਬਹੁਤ ਨਾਹੀ ਪੰਚ ਬਟਵਾਰੇ, ਪਰ ਇੱਕ ਸ਼ਰਤ ਹੈ ਕਿਹੜੀ, ਮਨ ਬਚ ਕਰਮ ਪ੍ਰਭ ਏਕ ਪਿਆਰੇ। ਮਨ ਕਰਕੇ, ਬਚਨ ਕਰਕੇ ਔਰ ਕਰਮ ਕਰਕੇ, ਉਸ ਇੱਕ ਦਾ ਧਿਆਨ ਧਰੇ, ਇੱਕ ਨੂੰ ਧਿਆਏ। ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾ ਸੋਈ ਜਨ ਪਾਏ। ਸਾਰਿਆਂ ਫਲਾਂ ਦਾ ਵੱਡਾ ਫਲ, ਇੱਕੋ ਫਲ ਉਸਨੂੰ ਪ੍ਰਾਪਤ ਹੋਵੇਗਾ, ਕਿਹੜਾ, ਕਿ ਧਾਰ ਅਨੁਗ੍ਰਹ ਆਪਣਾ ਪ੍ਰਭ ਕੀ ਨਾ, ਜੇ ਵਾਹਿਗੁਰੂ ਨੇ ਕਿਰਪਾ ਕਰਕੇ ਉਸਨੂੰ ਆਪਣਾ ਬਣਾ ਲਿਆ। ਦਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਹੁਣ ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨ ਸੋਈ। ਹੁਣ ਜਿਤ ਵੱਲ ਵੇਖਾਂ ਨੂਰ ਸਾਈਂ ਦਾ, ਜਾਨ ਕਾਈ ਖਾਲੀ ਬਹੁਤ ਸੰਭਾਲੀ। ਆਪਣੇ ਅੰਦਰ ਬਾਹਰ ਤੱਕਦਾ ਤਾਂ ਉਸ ਇੱਕ ਨੂੰ, ਰੋਮ ਰੋਮ ਵਿੱਚ ਦੇਖਦਾ ਤਾਂ ਉਸੇ ਨੂੰ, ਤੇ ਫਿਰ ਦੁਨੀਆਂ ਦੇ ਲੋਕਾਂ ਨੂੰ ਢੰਡੋਰਾ ਦੇ ਕੇ ਆਖਦਾ, ਬੋਲੀਏ ਰੱਬ ਤੇਰੇ ਕੋਲ ਬੈਠਦਾ, ਬੋਲੀਏ ਫਿਰਨੀ ਹੈ। ਅੰਦਰ ਫਿਰੀ ਫਰੀਦ ਨੇ ਆਖਿਆ, ਤਨ ਤੱਪੇ ਤਨੂਰ ਜਿਉਂ, ਬਾਲਣ ਹੱਡ ਬਲਨ ਪੈਰੀ ਥੱਕਾ ਸਿਰ ਜੁਲਾ। ਕਿਹੜੀ ਲੋੜ ਹੈ ਇਹਨਾਂ ਨੂੰ, ਕਿਹੜੀ ਤਲਾਸ਼ ਹੈ ਸਾਈਂ ਦੀ, ਕਿਉਂਕਿ ਤਨ ਤੱਪ ਰਿਹਾ ਤੰਦੂਰ ਵਾਲੀ। ਅਸੀਂ ਇਹ ਨਹੀਂ ਕਦੇ ਸਮਝਿਆ ਵੀ ਇਹ ਕਿਉਂ ਤਪ ਰਿਹਾ, ਅਸੀਂ ਇਹ ਸਮਝਦੇ ਹਾਂ ਫਲਾਣੀ ਨੇ ਗੱਲ ਆਖੀ ਸੀ ਤਾਂ ਹੀ ਅੰਦਰ ਸੇਕ ਸੇਕ ਹੈ। ਪਰ ਭਾਈ ਇਹ ਸੇਕ ਅੰਦਰ ਕਿਸੇ ਜ਼ਰੀਏ ਆਵੇ, ਅਸਲ ਵਿੱਚ ਵੱਡਾ ਕਾਰਨ ਇੱਕੋ ਹੈ, ਜੋ ਨਾਮ ਨਹੀਂ ਜਪਿਆ। ਜੋ
ਜੇ ਅੰਦਰ ਬਰਫ ਪਈ ਹੁੰਦੀ, ਅੰਦਰ ਬੈਠਾ ਕੂਲਰ ਚੱਲ ਰਿਹਾ, ਬਾਹਰ ਕਿਹੜੀ ਕੱਚੀ ਲੋ ਪਈ ਵਗਦੀ ਹੈ, ਅੰਦਰ ਪਹੁੰਚਦੀ ਹੈ ਨਹੀਂ ਪਹੁੰਚਦੀ, ਸਸਤੀਆਂ ਚਿਕਾ ਲਾ ਲੈ ਅੰਦਰ ਲੂ ਨਹੀਂ ਆ ਸਕਦੀ, ਜੇ ਆਵੇਗੀ ਤਾਂ ਠੰਡੀ ਹੋ ਕੇ ਆ ਜਾਣੀ, ਉਹੀ ਸਾੜਨ ਵਾਲੀ ਹਵਾ ਠੰਡੀ ਠਾਰ ਬਣ ਕੇ ਅੰਦਰ ਆਵੇਗੀ, ਜੇ ਚਿਕਾਂ ਲੱਗੀਆਂ ਹੋਣ ਪਾਣੀ ਉੱਤੇ ਪੈਂਦਾ ਹੋਵੇ, ਅੰਦਰ ਹੋਵੇ ਨਾਮ ਕੁਛ ਨਹੀਂ, ਨਹੀਂ ਤਾਂ ਫਿਰ ਦੁਨੀਆਦਾਰਾਂ ਨੂੰ ਝਗੜਦਿਆਂ ਵੇਖੋ, ਗੱਲ ਕੋਈ ਨਹੀਂ ਹੁੰਦੀ, ਲੇਕਿਨ ਝਗੜੇ ਏਡੇ ਬਣਾਈ ਬੈਠੇ ਹਨ ਕਿ ਜੇ ਮਰਨ ਜੀਵਨ ਦਾ ਸਵਾਲ ਹੋਵੇ, ਆਹ ਕੰਮ ਇੰਜ ਨਾ ਹੋਇਆ ਤਾਂ ਖਬਰੇ ਮੈਂ ਖੁਦਕਸ਼ੀ ਕਰ ਲਵਾਂ, ਬੜਾ ਮੁੱਲ ਪਾਇਆ ਜ਼ਿੰਦਗੀ ਦਾ, ਮਾਲਾ ਖੜੀ ਹੈ ਬੜੀ ਸੋਹਣੀ ਸੋਹਣੀ ਜਪੀ ਹੈ ਮਾਲਾ, ਜੇ ਮਨ ਅਜੇ ਤੱਕ ਇੱਥੇ ਹੀ ਖੜੋਤਾ ਵੀ ਆਹ ਜੇ ਮੇਰੇ ਮਨ ਦੀ ਮਰਜ਼ੀ ਨਾ ਹੋਈ, ਸੰਸਾਰ ਚ ਸਾਰੀਆਂ ਮਰਜ਼ੀਆਂ ਸਾਡੇ ਮਨ ਦੀਆਂ ਹੋਣੀਆਂ, ਓਏ ਮਰਜ਼ੀ ਤਾਂ ਮਾਲਕ ਦੀ ਸੀ, ਨੌਕਰ ਆਖੇ ਮੇਰੀ ਮਰਜ਼ੀ ਨਾ ਹੋਈ ਨੌਕਰੀ ਛੱਡ ਦਿਆਂਗਾ, ਉਹਨੂੰ ਮਾਲਕ ਬਥੇਰੇ ਤੈਨੂੰ ਕਿਹੜਾ, ਤੂੰ ਕਿੱਥੇ ਜਾਏਗਾ, ਗੁਰੂ ਨਾਨਕ ਦਾ ਪੱਲਾ ਛੱਡ ਕੇ ਕਿਸੇ ਹੋਰ ਦਾ ਫੜ ਲਵੇਗਾ, ਤਾਂ ਜ਼ਿੰਦਗੀ ਦਾ ਸੌਦਾ ਹੈ, ਔਰ ਇੱਕੋ ਹੀ ਹੈ, ਇੱਕੋ ਵਾਰ ਹੀ ਹੁੰਦਾ, ਆ ਕਦੇ ਕਦੇ ਰਿਕਾਰਡ ਆਉਂਦਾ ਹੈ, ਹਮ ਪਿਆਰ ਕਹੌਦਾ ਕਰਤੇ ਹੈ ਇੱਕ ਵਾਰ, ਇੱਕੋ ਵਾਰ ਹੀ ਪਿਆਰ ਦਾ ਸੌਦਾ ਹੁੰਦਾ ਹੈ, ਬਾਰ ਬਾਰ ਨਹੀਂ ਹੁੰਦਾ, ਬਾਰ ਬਾਰ ਜਿਤਨੀ ਵਾਰੀ ਕੋਈ ਕਰੇਗਾ ਮੁੱਲ ਘਟਦਾ ਹੀ ਜਾਏਗਾ, ਘਟਦਾ ਹੀ ਜਾਏਗਾ, ਅਖੀਰ ਤੇ ਫਿਰ ਨਿਲਾਮੀ ਬੋਲੇਗੀ, ਕੋਈ ਇੱਕ ਜਣਾ ਲੈਣ ਵਾਲਾ ਹੈ ਹੀ, ਜੇ ਹੈ ਤਾਂ ਚਾਹੁੰਦਾ ਵੀ ਡਾਂਗਾਂ ਦੇ ਕੱਪੜੇ ਤੇ ਚੋਰਾਂ ਵਾਲੇ ਗੱਜ ਬਣ, ਇਹ ਤਾਂ ਜ਼ਿੰਦਗੀ ਦੀ ਕੀਮਤ ਤਾਂ ਹੀ ਹੈ ਜੇ ਬੰਦਾ ਇੱਕ ਥਾਵੇਂ ਚੁੱਕਿਆ, ਸਤ ਵਚਨ ਕਰਦਾ, ਨਾਮ ਜਪਦਾ, ਅੱਗਾ ਸਵਾਰਦਾ, ਉਸਦਾ ਲੋਕ ਵੀ ਸਹਿਬਾਦਿਨ ਸੁਖੀ ਹੁੰਦਾ, ਇਹ ਲੋਕ ਸੁਖੀ ਕਰਨਾ ਉਸਦੀ ਆਪਣੀ ਸ਼ਰਤ ਹੈ, ਆਪੇ ਪੂਰੀ ਕਰੇਗਾ, ਇਹ ਲੋਕ ਸੁਖੀ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਆਪੇ ਮਿਲਾਏਗਾ, ਸੁੱਖਾਂ ਦਾ ਸੰਯੋਗ ਆਪੇ ਬਣਾਏਗਾ, ਤੂੰ ਐਡੀਆਂ ਚਿੰਤਾ ਕਿਉਂ ਕੀਤੀ ਸਿਰਨੇ ਪਈ, ਲਾ ਦੇ ਚਿੰਤਾ ਦੀ ਪੰਡ ਤੇ ਚਿੰਤਨ ਕਰ ਸੱਚੇ ਸਾਈਂ ਦਾ, ਆਪ ਆਪ ਇੱਕ ਵਾਰੀ ਸੱਚੇ ਦਿਲੋਂ ਦਾਤਾ ਮੈਨੂੰ ਨਾ ਆਹ
ਕਲਯੁਗ ਦੇ ਸਮੇਂ ਵਿੱਚ ਜੇ ਜੀਵ ਨੇ ਨਾਮ ਨਾ ਜਪਿਆ ਤਾਂ ਪ੍ਰੇਤ ਬਣੇਗਾ, ਅਭੂਤ ਪ੍ਰੇਤ, ਉਹਨਾਂ ਦਾ ਘਰ ਕੋਈ ਨਹੀਂ ਹੁੰਦਾ, ਜਗ੍ਹਾ ਤੱਕ ਉਹਨਾਂ ਦੀ ਪਹੁੰਚ ਨਹੀਂ ਬਣੀ, ਸੰਸਾਰਿਕ ਸਰੀਰ ਉਹ ਛੱਡ ਬੈਠੇ, ਹੁਣ ਵਿਚਾਰੇ ਕਿੱਥੇ ਰਹੇ, ਤਾਂ ਕਦੇ ਕਿਸੇ ਸਰੀਰ ਵਿੱਚ ਆਵੜਦੇ ਹਨ, ਕਦੇ ਕਿਸੇ ਸਰੀਰ ਵਿੱਚ ਆ ਜਾਂਦੇ ਹਨ, ਅੱਗੋਂ ਮਿਲ ਜਾਂਦਾ ਕੋਈ ਕੱਢਣ ਵਾਲਾ ਤੇ ਫਿਰ ਮਿਰਚਾਂ ਦੀ ਧੋਣੀ ਦਿੰਦਾ, ਡੰਡੇ ਮਾਰਦਾ, ਗੰਦਗੀ ਦੇ ਤੋਬਰੇ ਚਾੜਦਾ, ਆ ਹਾਲਤ ਉਹਨਾਂ ਦੀ ਬਈ ਜਿਹਨਾਂ ਨਾਮ ਨਹੀਂ ਜਪਿਆ। ਜਿਨ੍ਹਾਂ ਦੇ ਕੋਲ ਸਮਾਂ ਹੈ, ਜਿਨ੍ਹਾਂ ਨੂੰ ਸੋਝੀ ਹੈ, ਜਿਨ੍ਹਾਂ ਦੇ ਕੰਨੀ ਸਰੋਤ ਪੈ ਗਈ ਹੈ, ਫਰੀਦ ਜੀ ਕਿੱਡਾ ਉਡਾਂਭਾ ਦਿੰਦੇ ਹਨ ਕਿ ਫਰੀਦਾ ਕਿਹੜੀ ਪਾਬੰਦੀ ਆ, ਉਹ ਫਰੀਦਾ ਤੈਨੂੰ ਕਿੜ ਪੈ ਗਈ। ਕਿੜ ਦਾ ਮਤਲਬ ਹੁੰਦਾ ਵਕਤ ਤੋਂ ਪਹਿਲਾਂ ਪਤਾ ਲੱਗ ਜਾਏ ਕਿਸੇ ਗੱਲ ਕਿ ਕਿੜ ਪੈ ਗਈ, ਸਰੋਤ ਪੈ ਗਈ, ਕਿਸੇ ਨੂੰ ਖਬਰ ਲੱਗ ਜਾਵੇ ਰਾਤੀ ਘਰ ਚੋਰ ਪੈਣੇ ਹਨ ਤੇ ਮੁੜ ਵੀ ਗਾਫਲ ਰਹੇ, ਕੀਮਤੀ ਚੀਜ਼ਾਂ ਅੰਦਰ ਰੱਖੇ ਤੇ ਸਮੇਂ ਗੂੜੀ ਨੀਂਦਰ ਤੇ ਬੂਹੇ ਦੇ ਵੇਖੋ, ਕਿੱਡਾ ਮੂਰਖ ਹੈ। ਸਮਝਦਾਰ ਹੋਵੇ ਤਾਂ ਚੀਜ਼ਾਂ ਕੀਮਤੀ ਸੰਭਾਲ ਲਵੇ, ਪੁਲਿਸ ਨੂੰ ਕਰੇ ਇਤਲਾਹ ਤੇ ਆਪ ਉਸ ਘਰ ਵਿੱਚ ਨਾ ਸਵੇ, ਬਲਕਿ ਪਹਿਰਾ ਰੱਖੇ ਕਿਤੇ ਨੇੜੇ ਤੇੜੇ ਖੜੋ ਕੇ। ਤਾਂ ਤੇ ਫਿਰ ਜਿਸ ਵੇਲੇ ਚੋਰ ਆਮਣ ਕਿਸੇ ਨੂੰ ਖਬਰਦਾਰ ਕਰ ਸਕਦਾ ਔਰ ਇਸ ਤੇ ਬਚਣ ਦੀ ਉਮੀਦ ਹੋ ਸਕਦੀ ਹੈ। ਸਾਹਿਬ ਆਖਦੇ ਨੇ ਫਰੀਦ ਦੀ ਬਾਣੀ ਵਿੱਚ, ਫਰੀਦ ਜੀ ਦੀ ਰਚਨਾ ਤੋਂ, ਉਹ ਫਰੀਦਾ ਕਿਹੜੀ ਪਾਬੰਦੀ ਆ, ਫਰੀਦਾ ਤੈਨੂੰ ਕਿਹੜ ਪੈ ਗਈ ਹੈ ਨਾ, ਵੀ ਅੱਗਾਂ ਆਹ ਕੁਝ ਹੁੰਦਾ ਹੀ ਤਾਂ ਫਿਰ ਖੜਾ ਨਾ ਆਪ ਮੋਹਾਏ, ਆਪ ਨੂੰ ਅਜੇ ਵੀ ਧੋਖਾ ਦੇ ਰਹੀ, ਖੜੋਤਾ ਉਸੇ ਤਰ੍ਹਾਂ, ਤੈਨੂੰ ਕੋਈ ਚਿੰਤਾ ਹੀ ਨਹੀਂ। ਕਿਹੜੀ ਕਿਹੜੀ ਪਈ ਫਰੀਦ ਨੂੰ, ਕਿਹੜੀ ਕਿਹੜ ਪੈ ਗਈ, ਅਖੇ ਦੇਖ ਕਪਾਹੇ ਜੇਤੀਆ, ਫਰੀਦਾ ਕਪਾਹ ਡਿੱਠੀ ਹੂ ਕਦੇ, ਕਿਵੇਂ ਦੋ ਛੁਰੀਆਂ ਦੇ ਵਿਚਕਾਰੋਂ ਦੀ ਲੰਘਦੀ ਹੈ ਤੇ ਖਲ ਲੈ ਜਾਂਦੀ ਹੈ, ਆ ਪੇਵੇ ਵੱਖਰੇ ਤੇ ਰੂਹ ਵੱਖਰੀ, ਦੇਖ ਕਪਾਹੇ ਜੇਠੀਆ ਜੋ ਸਿਰ ਥੀਆ ਤਿਲਾ, ਔਰ ਜਿਹੜੀ ਬੀਤੀ ਤਿਲਾਂ ਦੇ ਸਿਰ ਤੇ, ਉਹ ਵੀ ਤੈਨੂੰ ਪਤਾ ਹੈ, ਕਦੇ ਵੇਖੀ ਉਹ ਨਾ ਕਹਾਣੀ ਵਿੱਚ ਤਿਲਾਂ ਨੂੰ ਪੀੜੇ ਪੀੜੀਂਦੇ ਆ, ਤਿਲ ਪੀੜੇ ਜੀ ਉਹ ਗਾਣੀਆਂ ਇਸੇ ਤਰ੍ਹਾਂ ਪੀੜਦੇ ਨੇ, ਤੇਲ ਕੱਢਦੇ ਨੇ, ਆ ਖਲ ਰਹਿ ਜਾਂਦੀ ਹੈ ਬਾਕੀ ਖਲ,
ਜਿਸ ਵਿੱਚ ਤੇਲ ਦਾ ਤੁਪਕਾ ਨਹੀਂ ਹੁੰਦਾ। ਦੇਖ ਫਰੀਦਾ ਦੇਖ ਕਪਾਹੇ ਜੋ ਛੀਆ, ਜੋ ਸਿਰ ਛੀਆ ਤਿਲਾਹਾ, ਕਮਾਦ ਦੇ ਅਰ ਕਾਗ ਦੇ, ਕਦੇ ਕਮਾਦ ਵੇਖੀਏ ਕਿਸ ਤਰ੍ਹਾਂ ਰਸ ਕੱਢਦੇ ਹਨ, ਕਿਵੇਂ ਨਿਚੋੜਦੇ ਹਨ। ਕਮਾਦੇ ਅਰ ਕਾਗਦੇ, ਕਾਗਜ਼ ਬਣਦਿਆਂ ਕਦੀ ਵੇਖੀਏ ਕਿੱਡੇ ਭਾਰੇ ਪ੍ਰੈਸ ਦੇ ਛਲਿਓਂ ਦੀ ਨਿਕਲਦਾ। ਕੁੰਨੇ ਕੋਇਲੇ ਆ, ਕਦੇ ਕੁੰਨਾ ਵੀ ਵੇਖੀਏ ਨਾ ਚੁੱਲ ਤੇ ਚੜਿਆ ਹੋਇਆ, ਰੋਜ਼ ਚੜਦਾ ਥੱਲੇ ਅੱਗ ਬਲਦੀ, ਤੇ ਕੋਇਲੇ ਵੀ ਵੇਖੇ ਨੀ ਨਾ। ਇਹ ਲੱਕੜੀਆਂ ਸਨ, ਸੜ ਗਈਆਂ, ਕੋਲੇ ਬਲੇ, ਕੋਲੇ ਮੁੜ ਪਏ ਬਲਦੇ ਹਨ। ਇਹ ਸਾਰੀਆਂ ਕਿਹੜਾ ਤੈਨੂੰ ਪੈ ਚੁੱਕੀਆਂ ਹਨ ਕਿ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾ, ਤੇ ਮੁੜ ਵੀ ਤੂੰ ਚੰਗਾ ਕੰਮ ਨਹੀਂ ਕਰ ਰਿਹਾ। ਅਖਿਆ ਚੰਗਿਓ ਚੰਗਾ ਕੰਮ ਹੈ ਹੀ ਨਾਮ ਜਪਣ, ਤੇ ਮੰਦਿਓ ਮੰਦਾ ਕੰਮ ਹੈ ਹੀ ਨਾਮ ਨਾ ਜਪਣ। ਇਹ ਹੁਣ ਕਿੜ ਪੈ ਗਈ, ਉਹ ਤੇਰੀ ਮਰਜ਼ੀ, ਭਾਵੇਂ ਚੰਗਾ ਕਰ ਲੈ ਤੇ ਭਾਵੇਂ ਮੰਦਾ ਕਰ। ਕੋਈ ਆਖੇ ਭਾਵੇਂ ਮੈਂ ਨਾਮ ਨਹੀਂ ਜਪਦਾ, ਮੈਂ ਕਦੇ ਮਾੜਾ ਕੰਮ ਵੀ ਤਾਂ ਨਹੀਂ ਕੀਤਾ। ਬਈ ਨਾਮ ਨਹੀਂ ਜਪਦਾ ਤਾਂ ਜਿਤਨੇ ਕਰ ਰਹੇ ਹਾਂ ਮਾੜੇ ਹੀ ਨੇ, ਕਿਉਂਕਿ ਚੰਗਾ ਇਹਨਾਂ ਵਿੱਚ ਕੋਈ ਨਹੀਂ। ਚੰਗਾ ਉਹੀ ਹੈ ਜਿਸ ਕੰਮ ਨੂੰ ਕਰਦੇ ਹਾਂ ਤੇਰੀ ਰਸਨਾ ਨੇ ਨਾਲ ਜਪਿਆ ਸ੍ਰੀ ਵਾਹ, ਕਿਉਂਕਿ ਉਸ ਉੱਤੇ ਸਾਈਂ ਦੀ ਨਜ਼ਰ ਦੀ ਮੋਹਰ ਹੈ। ਜਿਸ ਵੇਲੇ ਕੋਈ ਨਾਮ ਜਪਦਾ ਉਹਦੇ ਵੱਲ ਮਾਲਕ ਦੀ ਨਜ਼ਰ ਹੁੰਦੀ ਹੈ, ਔਰ ਜਿਹੜਾ ਵੀ ਉਹ ਕੰਮ ਕਰਦਾ ਉਸ ਕੰਮ ਦੇ ਉੱਤੇ ਉਸਦੀ ਨਜ਼ਰ ਦੀ ਮੋਹਰ ਲੱਗਦੀ ਹੈ। ਇਸ ਵਾਸਤੇ ਉਹ ਕੰਮ ਸ਼ੁਮਾਰ ਵਿੱਚ ਹੁੰਦਾ, ਗਿਣਤੀ ਵਿੱਚ ਆ ਜਾਂਦਾ। ਤੇ ਕਿਹੜਾ ਚੰਗਾ ਕੰਮ ਹੋਵੇ ਤੇ ਨਾਮ ਨਹੀਂ ਜਪਦਾ, ਮੋਹਰ ਨਹੀਂ ਲੱਗੀ, ਖਬਰੇ ਕੈਸਾ ਮਾਲ ਹੈ, ਮੰਡੀ ਵਿੱਚ ਵਿਕਦਾ ਨਹੀਂ ਪੂਰੇ ਦਾਮ। ਫਰੀਦ ਜੀ ਆਖਦੇ ਨੇ, ਫਰੀਦਾ ਕਿਹੜੀ ਪਾਬੰਦੀਆ, ਖਰਾ ਨਾ ਆਪ ਮੁਹਾਏ, ਕੀ ਕਰਾਂ ਕਿ ਲੰਮੀ ਲੰਮੀ ਨਦੀ ਵਹੇ, ਕੰਦੀ ਕਿਹੜੇ ਹੇਤ। ਇਹ ਲੰਮੀ ਹੈ ਨਦੀ, ਪਰ ਮੈਂ ਤਾਂ ਕਿ ਚੌੜੇ ਪਾਸੇ ਜਾਣਾ, ਅਖੇ ਉਹ ਕੰਧਾ ਵੀ ਨਹੀਂ ਦਿਸਦਾ, ਇਹਦਾ ਪਾਠ ਹੀ ਇਤਨਾ ਹੈ। ਦਰਿਆ ਸਿੰਘ ਦਾ ਪਾਠ ਕਿਤੇ ਕਿਤੇ ਇਤਨਾ ਹੋ ਜਾਂਦਾ ਸੀ ਕਿ ਸਟੀਮਰ ਚੱਲਦੇ ਸਨ। ਡੇਰਾ ਗਾਜ਼ੀ ਖਾਨ ਦੇ ਕੋਲ 12-12, 14-14, 16-16 ਮੀਲ ਉਸਦਾ ਪਾਠ ਹੋ ਜਾਣਾ, ਬੇੜੀਆਂ ਨਹੀਂ ਸਨ ਜਾ ਸਕਦੀਆਂ। ਆ ਬਰਸਾਤ ਦੇ ਦਿਨੀ ਸਟੀਮਰ ਚੱਲਦੇ ਸਨ। ਇਸੇ ਤਰ੍ਹਾਂ ਪਰਲਾ ਕਿਨਾਰਾ ਨਹੀਂ ਨਜ਼ਰ ਆਉਂਦਾ, ਲੰਮੀ ਲੰਮੀ ਨਦੀ ਵਹੇ, ਕੰਧੀ ਕਿਹੜੇ ਹੇਤ। ਪਰ ਵਿਹੜੇ ਨੂੰ ਕੱਪੜ ਕਿਆ ਕਰੇ ਜੋ ਪਾਤਲ ਰਹੇ ਸੁਚੇਤ, ਇਸ ਵਿਹੜੇ ਨੂੰ ਕੱਪੜ ਕੁਛ ਨਹੀਂ ਆਖਦੇ ਜਿਸਦਾ ਪਾਤਲੀ ਸੁਚੇਤ ਹੋਵੇ। ਇਸ ਤੇਰੇ ਸਰੀਰ ਦੇ ਵਿਹੜੇ ਨੂੰ ਤੱਤੀ ਵਾਰ ਨਹੀਂ ਲੱਗ ਸਕਦੀ, ਬਈ ਜੇ ਪਾਰ ਬ੍ਰਹਮ ਸਰਨ ਆਏ ਤਾਂ ਤਾਤੀ ਵਾਹ ਨਾ ਲੱਗ ਗਈ, ਪਾਰ ਬ੍ਰਹਮ ਸਰਨ ਆਈ। ਕਿਉਂ ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਸ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਇਹ ਕਹਿ ਲਿਵ ਲਾਇ। ਪਰਮੇਸ਼ਵਰ ਦਾ ਨਾਮ ਬਖਸ਼ਿਆ ਗੁਰੂ ਨੇ, ਐਸੀ ਲਿਵ ਲਾ ਕੇ ਜਪਿਆ ਕਿ ਕੋਈ ਭਉ ਨਾ ਰਿਹਾ, ਨਾ ਲੋਕ ਦਾ ਨਾ ਪ੍ਰਲੋਕ ਦਾ। ਆਖਿਆ ਗੁਰੂ ਕੇ ਸਿੱਖ ਦਾ ਲੋਕ ਸੁਖੀ, ਤੇ ਪ੍ਰਲੋਕ ਹੁੰਦਾ ਹੈ ਸੁਹੇਲਾ, ਪਰ ਜਪਣ ਵਾਲੇ ਸਿੱਖ ਹੈ ਹੀ ਹੋਈ ਜੋ ਜਪਦਾ ਹੈ, ਤੇ ਜਪਣ ਵਾਸਤੇ ਉਤਸ਼ਾਹ ਮਿਲਦਾ ਸੰਗਤ ਵਿੱਚ ਆ ਕੇ। ਇਸ ਵਾਸਤੇ ਸਵੇਰੇ ਉੱਠੋ,
ਇਸ਼ਨਾਨ ਕਰੋ, ਸੰਗਤ ਵਿੱਚ ਆਓ, ਜਪਣ ਦੇ ਰਾਹ ਪਵੋ, ਭਾਈ ਗੁਰੂ ਨਾਨਕ ਦੇ ਬਣੋ ਔਰ ਆਪਣਾ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰੋ।